ਇੱਕ ਗਰੀਬੀ ਤੇ ਦੂਜੀ ਬਿਮਾਰੀ ਜਿਸ ਇਨਸਾਨ ਦੇ ਵਸ ਪੈ ਜਾਂਦਿਆਂ ਨੇ ਉਸਦਾ ਜੀਣਾ ਮੁਹਾਲ ਹੋ ਜਾਂਦਾ ਹੈ। ਇਨਸਾਨ ਜ਼ਿੰਦਗੀ ਦੇ ਸਮੋੜ ਤੇ ਖੁਦ ਨੂੰ ਬੇਬਸ ਸਮਝਣ ਲੱਗ ਪੈਂਦਾ ਹੈ ਤੇ ਉਸਨੂੰ ਉਡੀਕ ਰਹਿੰਦੀ ਹੈ ਉਸ ਸ਼ਖਸ ਦੀ ਜੋ ਉਸਦੀ ਮਦਦ ਕਰੇ। ਤੇ ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਪੰਡੋਰੀ ਖਤਰੀਆਂ ਤੋਂ ਸਾਹਮਣੇ ਆਇਆ, ਜਿੱਥੇ 8 ਤੀਆਂ ਦਾ ਅਪਾਹਜ ਪਿਓ ਨਿਰਮਲ ਸਿੰਘ, ਜੋ ਗਰੀਬ ਅਤੇ ਅਪਾਹਜ ਹੋਣ ਦੇ ਚੱਲਦਿਆਂ ਕਿਸੇ ਦਾ ਮੁਹਤਾਜ ਬਣ ਕੇ ਰਹਿ ਗਿਆ ਅਤੇ ਉੱਥੇ ਕੁਦਰਤ ਦੀ ਮਾਰ ਦੇ ਚੱਲਦਿਆਂ ਇਸ ਵਿਅਕਤੀ ਦੇ ਇੱਕ ਜੁਆਈ ਦੀ ਲੱਤ ਟੁੱਟ ਜਾਣ ਅਤੇ ਉਸਦਾ ਇਲਾਜ ਨਾ ਕਰਵਾ ਸਕਣ ਕਰਕੇ ਬੇਹੱਦ ਪਰੇਸ਼ਾਨੀ ਚੱਲ ਰਿਹਾ। ਆਪਣੀ ਦਾਸਤਾਂ ਦੱਸਦਿਆਂ ਨਿਰਮਲ ਸਿੰਘ ਨੇ ਦੱਸਿਆ ਕਿ ਉਹ 8 ਤੀਆਂ ਦਾ ਪਿਓ ਹੈ ਅਤੇ ਆਪ ਅਪਾਹਜ ਹੋਣ ਦੇ ਚੱਲਦਿਆਂ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਅਤੇ ਹੁਣ ਉਸਦਾ ਇੱਕ ਜਵਾਈ ਜੋ ਕਿ ਪਹਿਲਾਂ UP ਵਿੱਚ ਰਹਿੰਦਾ ਸੀ ਉੱਥੇ ਇੱਕ ਹਾਦਸੇ ਵਿੱਚ ਉਸਦੀ ਲੱਤ ਟੁੱਟ ਗਈ, ਜਿਸਦਾ ਉਸਨੇ ਬਹੁਤ ਇਲਾਜ ਕਰਵਾਇਆ ਪਰ ਠੀਕ ਨਾ ਹੋ ਸਕਿਆ ਅਤੇ ਹੁਣ ਉਹ ਉਹਨਾਂ ਕੋਲ ਰਹਿ ਰਿਹਾ ਅਤੇ ਉਹ ਉਸਦਾ ਇਲਾਜ ਕਰਵਾਉਣ ਵਿੱਚ ਅਸਮਰਥ ਹਨ। ਉਸਨੇ ਦੱਸਿਆ ਕਿ ਉਸਦੇ ਜਵਾਈ ਦੀਆਂ ਵੀ 2 ਧੀਆਂ ਅਤੇ 2 ਪੁੱਤ ਹਨ, ਜੋ ਕਿ ਇਸ ਬਿਮਾਰੀ ਦੇ ਚੱਲਦਿਆਂ ਪੜ੍ਹਨ ਦੀ ਉਮਰ ਵਿੱਚ ਘਰ ਵਿੱਚ ਰਹਿ ਕੇ ਆਪਣੇ ਪਿਤਾ ਦੀ ਸੇਵਾ ਕਰਨ ਨੂੰ ਮਜਬੂਰ ਹਨ। ਨਿਰਮਲ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਗਰੀਬ ਪਰਿਵਾਰਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਪਾਸੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਤਾਂ ਕਿ ਉਹ ਆਪਣੇ ਇਸ ਜੁਆਈ ਦੀ ਮਦਦ ਕਰ ਸਕੇ ਅਤੇ ਉਸਦਾ ਇਲਾਜ ਕਰਵਾ ਸਕੇ ਅਤੇ ਦਰਵਾਜ਼ੇ 'ਤੇ ਉਸ ਇਨਸਾਨ ਦੀ ਉਡੀਕ 'ਚ ਉਸਦੀਆਂ ਅੱਖਾਂ ਹਮੇਸ਼ਾ ਟਿਕੀਆਂ ਰਹਿੰਦੀਆਂ ਨੇ। ਆਪਣੇ ਸੁਖਵਿੰਦਰ ਸਿੰਘ ਜਾਂ ਮੇਰਾ ਜੁਆਈ, ਇਹਦੀ ਲੱਤ ਟੁੱਟ ਗਈ ਸੀਗੀ ਅਤੇ ਮੈਂ ਤਾਂ ਆਪ ਅਪਾਹਜ ਹਾਂ ਅਤੇ ਜਿਹੜਾ ਕੋਈ ਪੈਸਾ ਧੇਲਾ ਲਾ ਕੇ ਇਹਨਾਂ ਨੇ ਵੇਚ ਕੇ ਘਰ ਬਾਰ ਲਾ ਲਿਆ ਅਤੇ ਹੁਣ ਸਾਡੇ ਕੋਲ ਕੋਈ ਸਥਿਤੀ ਹੈ ਨਹੀਂ ਗੀ ਇਹੋ ਜਿਹੀ ਵੀ ਅਸੀਂ ਇਲਾਜ ਕਰਾ ਸਕੀਏ। ਜੇ ਕੋਈ ਭੈਣ ਭਰਾ ਨੇ ਲੋਕਾਂ ਨੇ ਕਰਨੀ ਹੈ ਮਦਦ ਤਾਂ ਭੈਣ ਭਰਾ ਮੇਰਾ ਹੱਥ ਬੰਨ ਕੇ ਬੇਨਤੀ ਆ ਕਿ ਇਹਦਾ ਅਸੀਂ ਇਲਾਜ ਕਰਾ ਲਈਏ। ਅਤੇ ਤੁਹਾਡੇ ਕਿੰਨੀਆਂ ਬੇਟੀਆਂ? 8 ਬੇਟੀਆਂ ਜੀ ਮੇਰੇ। ਅਤੇ ਇਹ ਹੁਣ ਤੁਹਾਡੇ ਕੋਲ ਰਹਿੰਦੇ ਨੇ? ਹਾਂਜੀ, ਇੱਥੇ ਲੈ ਆਉਂਦੇ ਸੀ, ਉੱਥੇ ਇਲਾਜ ਨਹੀਂ ਸੀ ਹੁੰਦਾ ਕੋਈ ਇੱਦਾਂ ਦਾ। ਅਤੇ ਡਾਕਟਰ ਹੁਣ ਕੀ ਕਹਿੰਦੇ ਆ? ਡਾਕਟਰ ਪੈਸਾ ਬਹੁਤ ਮੰਗਦੇ ਜੀ, ਸਾਡੇ ਕੋਲ ਇੰਨੀ ਪਹੁੰਚ ਨਹੀਂ ਹੈਗੀ, ਗਰੀਬ ਬੰਦੇ ਕੁਛ ਨਹੀਂ ਸਾਡੇ ਕੋਲ ਹੈਗਾ, ਇਸ ਵਾਸਤੇ ਰੋਟੀ ਵਾਲੀ ਪਾ ਗਿਆ ਸੀ। ਮੈਂ ਸੁਖਵਿੰਦਰ ਸਿੰਘ ਪੰਡੋਰੀ ਖੱਤਰੀਆਂ, ਮੈਂ ਵੈਸੇ ਪਹਿਲਾਂ UP ਰਹਿੰਦਾ ਸੀ, ਹੁਣ ਮੈਂ ਇੱਥੇ ਸਹੁਰਿਆਂ ਦੇ ਘਰ ਆਇਆ ਹੋਇਆ ਅਤੇ ਸਹੁਰਾ ਮੇਰਾ ਜਿਹੜਾ ਹੈ ਉਹ ਵੀ ਉਪਾਏ 'ਚ ਬੰਦਾ ਹੈ, 8 ਉਹਦੀਆਂ ਬੇਟੀਆਂ ਹੈ, ਬੇਟਾ ਵੀ ਹੈ ਨਹੀਂ ਕੋਈ, ਅਤੇ ਮੈਂ ਆਪਣਾ UP ਸੀ ਉੱਥੇ ਮੇਰੇ ਸੱਟ ਲੱਗੀ ਸੀ ਅਤੇ ਉੱਥੇ ਆਪਣਾ ਘਰ ਬਾਰ ਵੇਚ ਕੇ ਉੱਤੇ ਲਾ ਲਿਆ ਸਾਰਾ ਅਤੇ ਡਾਕਟਰ ਦੇ ਇਲਾਜ ਤੋਂ ਨਹੀਂ ਸਹੀ ਹੋ ਸਕੀ ਮੇਰੀ ਲੱਤ ਅਤੇ ਡਾਕਟਰ ਨੇ ਕਿਹਾ ਵੱਢੀ ਜਾਣੀ ਆ ਅਤੇ ਸਹੁਰੇ ਮੈਨੂੰ ਇੱਥੇ ਪੰਡੋਰੀ ਖੱਤਰੀਆਂ ਲੈ ਆਏ। ਇਹ ਵਿਚਾਰੇ ਵੀ ਘਰੋਂ ਉਹੋ ਜਿਹੇ ਆ, ਕੋਈ ਹੈ ਨਹੀਂ ਕਮਾਈ ਦਾ ਸਾਧਨ ਇਹਨਾਂ ਦਾ, ਅਤੇ ਮੈਂ ਵੀ ਬਹਿ ਗਿਆ, 1 ਸਾਲ ਹੋ ਗਿਆ ਮੈਨੂੰ ਮੰਜੀ 'ਤੇ ਬੈਠੇ ਨੂੰ, ਮੇਰੇ 4 ਬੱਚੇ ਆ, 1 ਸਾਲ ਹੋ ਗਿਆ ਉਹਨਾਂ ਦੀ ਪੜ੍ਹਾਈ ਵੀ ਨਹੀਂ ਮੈਂ ਕਰਵਾ ਸਕਦਾ, ਅਤੇ ਮੇਰੀ ਗੁਜ਼ਾਰਿਸ਼ ਆ ਸਾਰਿਆਂ ਦੇ ਅੱਗੇ, ਭਰਾਵਾਂ ਦੇ ਅੱਗੇ ਕਿ ਮੇਰੀ ਮਦਦ ਕੀਤੀ ਜਾਵੇ। ਤੁਹਾਡੀਆਂ ਕਿੰਨੀਆਂ ਬੇਟੀਆਂ? 2 ਬੇਟੀਆਂ ਸਰ ਮੇਰੀਆਂ। ਅਤੇ ਇਹ ਪੜ੍ਹਾਈ ਕਰ ਰਹੀ ਹੈ? ਨਹੀਂ ਸਰ, 1 ਸਾਲ ਤੋਂ ਜਦੋਂ ਦੀ ਆ ਮੇਰੇ ਸੱਟ ਲੱਗ ਗਈ ਆ, ਘਰ ਬਾਹਰ ਹੀ ਵੇਚ ਲਿਆ ਆਪਣਾ ਕਿਉਂਕਿ ਰਹਿ ਨਹੀਂ ਕੁਛ ਗਿਆ, ਨਾ ਇਹਨਾਂ ਦੀ ਪੜ੍ਹਾਈ ਕਰਾਈ ਗਈ ਹੈ ਮੇਰੇ ਤੋਂ ਅਤੇ ਨਾ ਹੀ ਮੇਰਾ ਇਲਾਜ ਹੋ ਸਕਿਆ। ਅਤੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਲੋਕਾਂ ਨੂੰ ਅਪੀਲ, ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ, ਮੈਂ ਆਪਣਾ ਲੱਤ ਦਾ ਵੀ ਇਲਾਜ ਕਰਾ ਲਾਂ ਅਤੇ ਕੁਛ ਬੱਚਿਆਂ ਦਾ ਵੀ ਜਿਹੜਾ ਇਹਨਾਂ ਦੇ ਵਿੱਚ ਬਣ ਜੇ, ਨਹੀਂ ਤਾਂ ਇਹਨਾਂ ਦੀ ਪੜ੍ਹਾਈ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜੂਗੀ ਮੇਰੀ। ਕੀ ਕੋਈ ਕਰੇਗਾ ਮਦਦ? ਜੇਕਰ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੇ ਇਨਸਾਨ ਨੂੰ ਜਾਣਦੇ ਹੋ ਜਿਸ ਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਹੈ ਤਾਂ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਕੀ ਪਤਾ ਕੋਈ ਰੱਬ ਰੂਪੀ ਰੂਹ ਤੁਹਾਨੂੰ ਜ਼ਿੰਦਗੀ ਦੀ ਫਸੀ ਇਸ ਬੇੜੀ ਵਿੱਚੋਂ ਪਾਰ ਲਗਾ ਦੇਵੇ। ਸਿਟੀ ਹੋਮ ਨਿਊਜ਼ ਲਈ ਜ਼ੀਰਾ ਤੋਂ ਸਤੀਸ਼ ਵਿਜ਼ ਦੀ ਖਾਸ ਰਿਪੋਰਟ।